ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ OECDC ਚੈਨਲ ਦੇ ਉੱਪਰ ਸੋ ਜੇ ਤੁਸੀਂ ਵੀ ਪਲੱਸ 2 ਮੈਡੀਕਲ ਦੇ ਐਗਜ਼ਾਮ ਦੇ ਚੁੱਕੇ ਹੋ ਅਤੇ ਕਨਫਿਊਜ਼ਡ ਹੋ ਕਿ ਅਸੀਂ ਅੱਗੇ ਕੀ ਕਰੀਏ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤੁਸੀਂ ਇਹ ਵੀ ਜਾਣਦੇ ਹੋ ਕਿ ਆਪਣੇ ਦੇਸ਼ ਦੇ ਵਿੱਚ ਲਗਭਗ 50000 ਦੇ ਕਰੀਬ ਹੀ ਮੈਡੀਕਲ ਦੀਆਂ ਸੀਟਸ ਨੇ ਤਾਂ ਹਰ ਬੱਚਾ ਐਮਬੀਬੀਐਸ ਨਹੀਂ ਕਰ ਪਾਏਗਾ ਤਾਂ MBBS ਤੋਂ ਇਲਾਵਾ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਵਿਕਲਪ ਨੇ ਕਿ ਤੁਸੀਂ ਮੈਡੀਕਲ ਅਤੇ ਪੈਰਾਮੈਡੀਕਲ ਖੇਤਰ ਦੇ ਵਿੱਚ ਆਪਣਾ ਕਰੀਅਰ ਬਣਾ ਸਕਦੇ ਹੋ ਸੋ ਜੇ ਤੁਸੀਂ ਹੁਣ ਤੱਕ ਕਨਫਿਊਜ਼ਡ ਹੋ ਕਿ ਅਸੀਂ ਪਲੱਸ 2 ਮੈਡੀਕਲ ਤੋਂ ਬਾਅਦ ਕੀ ਕਰਨਾ ਹੈ ਤਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੀ ਬਹੁਤ ਸਾਰੀਆਂ ਜਿਹੜੀਆਂ ਉਲਝਣਾਂ ਨੇ ਉਹਨਾਂ ਦਾ ਜਵਾਬ ਤੁਹਾਨੂੰ ਮਿਲ ਜਾਵੇਗਾ ਸੋ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਟੌਪ ਕਲਾਸ 6 ਅਜਿਹੇ ਕੋਰਸ ਦੱਸਣ ਜਾ ਰਿਹਾ ਹਾਂਗਾ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਸਰਕਾਰੀ ਅਤੇ ਪ੍ਰਾਈਵੇਟ ਨੌਕਰੀ ਦੇ ਕਾਬਿਲ ਬਣਾ ਸਕੋਗੇ ਤੇ ਅਜਿਹੇ ਕੋਰਸ ਦੇ ਨਾਲ ਤੁਸੀਂ ਫੌਰੀਨ ਦੇ ਵਿੱਚ ਜਾਣ ਦੇ ਲਈ ਵੀ ਬਹੁਤ ਵੱਡੇ ਉਚੇਚੇ ਤੌਰ ਤੇ एलिजिਬਲ ਹੋ ਜਾਵੋਗੇ ਤਾਂ ਕਿਹੜੇ-ਕਿਹੜੇ ਅਜਿਹੇ ਕੋਰਸ ਨੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਤਾਂ ਪਹਿਲਾ ਕੋਰਸ ਜੋ ਹੈ ਉਹ ਹੈ ਤੁਹਾਡਾ ਜੀ ਡੈਂਟਲ ਮੈਕੈਨਿਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਡੈਂਟਲ ਮੈਕੈਨਿਕ ਦੀ ਠੀਕ ਹੈ ਤੁਸੀਂ ਜਾਣਦੇ ਹੋ ਕਿ ਡੈਂਟਿਸਟ ਜੋ ਹੁੰਦਾ ਹੈ ਉਹ ਦੰਦ ਲਗਾਉਣ ਦਾ ਕੰਮ ਕਰਦਾ ਹੈ ਲੇਕਿਨ ਉਸ ਨੂੰ ਦੰਦ ਬਣਾ ਕੇ ਦੇਣਾ ਉਹ ਡੈਂਟਲ ਮਕੈਨਿਕ ਦਾ ਕੰਮ ਹੁੰਦਾ ਹੈ ਠੀਕ ਹੈ ਜੀ ਦੰਦਾਂ ਦਾ ਜੋ ਸੈੱਟ ਹੁੰਦਾ ਉਸ ਨੂੰ ਡੈਂਚਰ ਕਿਹਾ ਜਾਂਦਾ ਹੈ ਤਾਂ ਉਸ ਨੂੰ ਤਿਆਰ ਕਰਨਾ ਮਰੀਜ਼ ਦੇ ਜਾਨੀ ਕਿ ਜਿਸ ਦੇ ਵੀ ਦੰਦ ਲਗਾਏ ਜਾਣੇ ਨੇ ਉਸ ਦੇ ਮੈਜ਼ਰਮੈਂਟ ਦੇ ਅਨੁਸਾਰ ਇਹ ਸਾਰੇ ਕੰਮ ਡੈਂਟਲ ਮਕੈਨਿਕ ਦੇ ਹੁੰਦੇ ਹਨ ਅਤੇ ਇਸ ਕੋਰਸ ਵਿੱਚ ਐਡਮਿਸ਼ਨ ਲੈਣਾ ਵੀ ਬੇਹੱਦ ਆਸਾਨ ਹੈ ਲਗਭਗ ਹਰ ਡੈਂਟਲ ਕਾਲਜ ਜਿੱਥੇ BDS MDS ਦਾ ਕੋਰਸ ਹੁੰਦਾ ਹੈ ਉਸ ਵਿੱਚ ਡੈਂਟਲ ਮੈਕੈਨਿਕ ਦਾ ਕੋਰਸ ਵੀ ਹੁੰਦਾ ਹੈ 20 ਤੋਂ 30 ਸੀਟਾਂ ਹਰ ਕਾਲਜ ਦੇ ਵਿੱਚ ਲਗਭਗ ਹੀ ਹੁੰਦੀਆਂ ਹਨ ਤੇ ਤੁਸੀਂ ਬਹੁਤ इजीली ਇਸ ਵਿੱਚ ਐਡਮਿਸ਼ਨ ਲੈ ਸਕਦੇ ਹੋ ਅਗਲਾ ਆਪਣਾ ਕੋਰਸ ਆਉਂਦਾ ਡੈਲੈਕਸ ਟੈਕਨੀਸ਼ੀਅਨ ਬਹੁਤ ਜ਼ਿਆਦਾ ਡਿਮਾਂਡ ਹੈ ਇਸ ਦੀ ਤੇ ਬਹੁਤ ਘੱਟ ਐਲੀਜੀਬਲ ਜਿਹੜੇ ਕੈਂਡੀਡੇਟਸ ਨੇ ਉਹ ਇਸ ਦੇ ਵਿੱਚ ਅਵੇਲੇਬਲ ਨੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇਸ ਵਿੱਚ ਕੰਪੀਟੀਸ਼ਨ ਬਹੁਤ ਹੀ ਘੱਟ ਹੈ ਹੁਣ ਡਾਇਲਿਸਿਸ ਟੈਕਨੀਸ਼ੀਅਨ ਦੀ ਡਿਮਾਂਡ ਕਿਉਂ ਵੱਧ ਰਹੀ ਹੈ ਕਿਉਂਕਿ ਡਾਇਲਿਸਿਸ ਦੇ ਜਿਹੜੇ ਪੇਸ਼ੈਂਟ ਨੇ ਉਹ ਦਿਨ ਬਾ ਦਿਨ ਵੱਧ ਰਹੇ ਹਨ ਡਾਇਲਿਸਿਸ ਟੈਕਨੀਸ਼ੀਅਨ ਹੁੰਦਾ ਕੀ ਹੈ ਬੇਸਿਕਲੀ ਜਿੰਨਾ ਲੋਕਾਂ ਦੇ ਗੁਰਦੇ ਖਰਾਬ ਹੋ ਜਾਂਦੇ ਹਨ ਉਹਨਾਂ ਵਿੱਚ ਖੂਨ ਦੀ ਜਿਹੜੀ ਸਫਾਈ ਹੈ ਉਹ ਕਿਡਨੀ ਨਹੀਂ ਕਰ ਪਾਉਂਦੀ ਸੋ ਇਸ ਤਰ੍ਹਾਂ ਆਰਟੀਫੀਸ਼ੀਅਲ ਕਿਡਨੀ ਯਾਨੀ ਕਿ ਮਸ਼ੀਨ ਦੇ ਦੁਆਰਾ ਉਹਨਾਂ ਦੇ ਬਲੱਡ ਨੂੰ ਸ਼ੋਧਨ ਕੀਤਾ ਜਾਂਦਾ ਹੈ ਸ਼ੁੱਧ ਕੀਤਾ ਜਾਂਦਾ ਹੈ ਸੋ ਜਿਸ ਮਸ਼ੀਨ ਦੇ ਰਾਹੀਂ ਇਹ ਬਲੱਡ ਫਿਲਟਰ ਕੀਤਾ ਜਾਂਦਾ ਉਸ ਨੂੰ ਡਾਇਲਿਸਿਸ ਮਸ਼ੀਨ ਕਿਹਾ ਜਾਂਦਾ ਹੈ ਤੇ ਉਸ ਨੂੰ ਆਪਰੇਟ ਕਰਨ ਦੇ ਲਈ ਜਿਸ ਟੈਕਨੀਸ਼ੀਅਨ ਦੀ ਜ਼ਰੂਰਤ ਹੁੰਦੀ ਹੈ ਉਸ ਨੂੰ ਡਾਇਲਿਸਿਸ ਟੈਕਨੀਸ਼ੀਅਨ ਕਿਹਾ ਜਾਂਦਾ ਹੈ ਸੋ ਬਹੁਤ ਜ਼ਿਆਦਾ ਡਿਮਾਂਡ ਵਾਲਾ ਕੋਰਸ ਹੈ ਤੇ 2 ਤੋਂ 3 ਸਾਲ ਦੇ ਵਿੱਚ ਇਹ ਕੋਰਸ ਤੁਹਾਡਾ ਜਿਹੜਾ ਹੈਗਾ ਹੋ ਜਾਂਦਾ ਹੈ ਡਾਇਲਿਸਿਸ ਟੈਕਨੀਸ਼ੀਅਨ ਤੁਸੀਂ ਬੀਐਸਸੀ ਕਰ ਸਕਦੇ ਹੋ 3 ਸਾਲ ਦੇ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਵੀ ਇਹ ਕੋਰਸ ਅਵੇਲੇਬਲ ਹੈ ਸੋ इजीली ਤੁਸੀਂ ਇਸ ਦੇ ਅਡਮਿਸ਼ਨ ਲੈ ਸਕਦੇ ਹੋ ਤੀਸਰਾ ਆਪਣਾ ਕੋਰਸ ਆਉਂਦਾ ਹੈ ਕਾਰਡੀਕ ਕੈਥ ਲੈਬ ਟੈਕਨੀਸ਼ੀਅਨ ਇਸਦੇ ਵੀ ਬਹੁਤ ਜ਼ਿਆਦਾ ਡਿਮਾਂਡ ਹੈ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਦੇ ਵਿੱਚ ਤਾਂ ਜਿਹੜੇ ਹਾਰਟ ਦੇ ਡਾਕਟਰ ਹੁੰਦੇ ਨੇ ਕਾਰਡੀਓਲੋਜਿਸਟ ਉਹਨਾਂ ਦੇ ਨਾਲ ਅਸਿਸਟੈਂਟ ਦੇ ਤੌਰ ਤੇ ਕਾਰਡੀਕ ਕੈਥ ਲੈਬ ਟੈਕਨੀਸ਼ੀਅਨ ਕੰਮ ਕਰਦੇ ਨੇ ਸੋ ਇਹ ਵੀ ਇੱਕ ਬਹੁਤ ਚੰਗਾ ਕੋਰਸ ਹੈ ਏਮਜ਼ ਪੀਜੀਆਈ ਅਤੇ ਹੋਰ ਸਾਰੇ ਹੀ ਹਸਪਤਾਲਾਂ ਦੇ ਵਿੱਚ ਇਸ ਤੇ ਪੋਸਟਾਂ ਨਿਕਲਦੀਆਂ ਰਹਿੰਦੀਆਂ ਹਨ ਤਾਂ ਇਹ ਵੀ ਇੱਕ ਅੱਛਾ ਵਿਕਲਪ ਹੈ ਜੇ ਤੁਸੀਂ ਚਾਹੁੰਦੇ ਹੋ ਇਸ ਦੇ ਉੱਪਰ ਡਿਟੇਲਸ ਵੀਡੀਓ ਬਣਾਇਆ ਜਾਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਂਸ਼ਨ ਕਰਨਾ ਨਾ ਭੁੱਲੋ ਅਗਲਾ ਆਪਣਾ ਕੋਰਸ ਆਂਦਾ ਜੀ ਆਪਰੇਸ਼ਨ ਥੀਏਟਰ ਟੈਕਨੀਸ਼ੀਅਨ ਲਗਭਗ ਹਰ ਹਸਪੀਟਲ ਦੇ ਵਿੱਚ ਓਟੀ ਟੈਕਨੀਸ਼ੀਅਨ ਦੀ ਵੈਕੈਂਸੀ ਹੁੰਦੀ ਹੈ ਓਟੀ ਟੈਕਨੀਸ਼ੀਅਨ ਦਾ ਕੰਮ ਹੈ ਸਰਜਨ ਦੇ ਨਾਲ ਅਸਿਸਟ ਕਰਨਾ ਸਰਜਨ ਜੋ ਆਪਰੇਸ਼ਨ ਕਰਨ ਵਾਲਾ ਡਾਕਟਰ ਹੁੰਦਾ ਹੈ ਤਾਂ ਉਸ ਨੂੰ ਅਸਿਸਟ ਕਰਨਾ ਉਹ ਓਟੀ ਟੈਕਨੀਸ਼ੀਅਨ ਦਾ ਕੰਮ ਹੁੰਦਾ ਹੈ ਸੋ ਪੰਜਾਬ ਦੇ ਵਿੱਚ ਵੀ ਇਹ ਕੋਰਸ ਅਵੇਲੇਬਲ ਹੈ ਆਪਰੇਸ਼ਨ ਥੀਏਟਰ ਟੈਕਨੀਸ਼ੀਅਨ ਅਤੇ ਐਨਸਥੀਸੀਆ ਟੈਕਨੀਸ਼ੀਅਨ ਇਹ ਦੋਨੋਂ ਕੋਰਸ ਇੰਟੀਗ੍ਰੇਟਿਡ ਫਾਰਮ ਦੇ ਵਿੱਚ ਕਰਵਾਏ ਜਾਂਦੇ ਹਨ ਸੋ so, 4 ਸਾਲ ਦੇ ਇਸ ਕੋਰਸ ਨੂੰ ਕਰਨ ਉਪਰੰਤ ਤੁਸੀਂ ਓਟੀ ਟੈਕਨੀਸ਼ੀਅਨ ਜਾਂ ਐਨਸਥੀਸੀਆ ਟੈਕਨੀਸ਼ੀਅਨ ਦੇ ਰੂਪ ਵਿੱਚ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਪ੍ਰਾਪਤ ਕਰ ਸਕਦੇ ਹੋ। ਅਗਲਾ ਜੋ ਕੋਰਸ ਹੈ ਉਹ ਹੈ ਡੈਂਟਲ ਚੇਅਰ ਸਾਈਡ اٹੈਂਡੈਂਟ। ਠੀਕ ਹੈ ਜੀ ਮੈਂ ਖੁਦ ਹੈਰਾਨ ਹੋਇਆ ਇਹ ਕੋਰਸ ਦੇਖ ਕੇ ਕਿ ਅਜਿਹਾ ਈਜ਼ੀ ਕੋਰਸ ਕਰਕੇ ਵੀ ਜਿਹੜੀ ਗਵਰਨਮੈਂਟ ਜੌਬ ਹੈ ਉਹਦੇ ਲਈ ਤੁਸੀਂ ਕਾਬਿਲ ਬਣ ਸਕਦੇ ਹੋ ਕਿਉਂਕਿ ਏਮਸ ਪੀਜੀਆਈ ਜਾਂ ਹੋਰ ਹਸਪੀਟਲ ਦੇ ਵਿੱਚ ਡੈਂਟਲ ਚੇਅਰ ਸਾਈਡ اٹੈਂਡੈਂਟ ਦੇ ਵੈਕੈਂਸੀਸ ਨਿਕਲਦੀਆਂ ਰਹਿੰਦੀਆਂ ਨੇ। ਤੇ ਲੇਟੈਸਟ ਪੰਜਾਬ ਦੇ ਵਿੱਚ ਵੀ ਇਹ ਡੀਆਰਐਮਈ ਦੇ ਅੰਡਰ ਇਹ ਵੈਕੈਂਸੀਸ ਕੱਢੀ ਗਈਆਂ ਸਿਗੀਆਂ ਟੈਂਟਲ ਚੇਅਰ ਸਾਈਡ ਅਟੈਂਡੈਂਟ ਦੀਆਂ ਸੋ ਇਹਦੇ ਵਿੱਚ ਵੀ ਤੁਸੀਂ ਜਿਹੜਾ 2 ਸਾਲ ਜਾਂ 3 ਸਾਲ ਦਾ ਕੋਰਸ ਆ ਉਹ ਕਰ ਸਕਦੇ ਹੋ ਜਦੋਂ ਵੀ ਤੁਸੀਂ ਕਦੇ ਡੈਂਟਿਸਟ ਕੋਲ ਵਿਜ਼ਿਟ ਕੀਤਾ ਹੋਵੇਗਾ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਡੈਂਟਿਸਟ ਦੇ ਨਾਲ ਇੱਕ ਅਸਿਸਟੈਂਟ ਹੁੰਦਾ ਹੈ ਜੋ ਪੇਸ਼ੈਂਟ ਜੋ ਡੈਂਟਲ ਚੇਅਰ ਦੇ ਉੱਪਰ ਲਟਾਇਆ ਹੁੰਦਾ ਹੈ ਉਸ ਨੂੰ ਅਸਿਸਟ ਕਰਦਾ ਹੈ ਡੈਂਟਿਸਟ ਤਾਂ ਕਿ ਉਹਦਾ ਜਿਹੜਾ ਇਲਾਜ ਆ ਉਹ ਸਹੀ ਤਰੀਕੇ ਨਾਲ ਕਰ ਸਕੇ ਠੀਕ ਹੈ ਜੀ ਤਾਂ ਇਹਦੀ ਵੀ ਬਹੁਤ ਜ਼ਿਆਦਾ ਡਿਮਾਂਡ ਬੱਧ ਰਹੀ ਹੈ ਚਲਦੇ ਆਪਾਂ ਅਗਲੇ ਕੋਰਸ ਤੇ ਅਗਲਾ ਕੋਰਸ ਹੈ ਆਡੀਓਲੋਜੀ ਐਂਡ ਸਪੀਚ ਥੈਰੇਪੀ ਹੁਣ ਆਡੀਓਲੋਜੀ ਦਾ ਸਪੀਚ ਥੈਰੇਪੀ ਕੀ ਹੁੰਦਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਅੱਜਕੱਲ ਅਜਿਹੇ ਕੇਸ ਸਾਹਮਣੇ ਆ ਰਹੇ ਹਨ ਕਿ ਜਿਨ੍ਹਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਆਪਣੀ ਸਹੀ ਏਜ ਦੇ ਵਿੱਚ ਬੋਲਣਾ ਨਹੀਂ ਸਿੱਖਦੇ ਜਾਂ ਬੋਲ ਨਹੀਂ ਪਾਉਂਦੇ ਕਿਸ ਨਾ ਕਿਸੇ ਰੀਜ਼ਨ ਕਰਕੇ ਠੀਕ ਹੈ ਜੀ ਤਾਂ ਉਹਨਾਂ ਬੱਚਿਆਂ ਦੇ ਲਈ ਆਡੀਓਲੋਜਿਸਟ ਜਾਂ ਸਪੀਚ ਥੈਰੇਪਿਸਟ ਦੀ ਜ਼ਰੂਰਤ ਹੁੰਦੀ ਹੈ ਸੋ ਇਸ ਦੇ ਵਿੱਚ ਤੁਸੀਂ ਆਪਣਾ ਆਪ ਵੀ ਕੰਮ ਕਰ ਸਕਦੇ ਹੋ ਜਾਂ ਫਿਰ ਕਿਸੇ ਹਸਪੀਟਲ ਦੇ ਵਿੱਚ ਵੀ ਜੁਆਇਨ ਕਰ ਸਕਦੇ ਹੋ ਅਤੇ ਹਰ ਤਰ੍ਹਾਂ ਦੇ ਸਰਕਾਰੀ ਜਿਹੜੀ ਹੈ ਪੋਸਟਾਂ ਨੇ ਉਹ ਵੀ ਆਡੀਓਲੋਜਿਸਟ ਤੇ ਸਪੀਚ ਥੈਰੇਪਿਸਟ ਦੀਆਂ ਨਿਕਲਦੀਆਂ ਰਹਿੰਦੀਆਂ ਨੇ ਸੋ ਜੋ ਇਹ 6 ਕੋਰਸ ਮੈਂ ਤੁਹਾਨੂੰ ਦੱਸੇ ਨੇ ਇਹਨਾਂ ਸਾਰਿਆਂ ਦੇ ਲਈ ਨੀਟ ਦੀ ਜ਼ਰੂਰਤ ਨਹੀਂ ਹੈ ਤਾਂ ਤੁਸੀਂ ਜਾਗਰੂਕ ਹੋਣਾ ਹੈ ਕਿ ਇਹ ਕੋਰਸ ਕਿੱਥੇ-ਕਿੱਥੇ ਅਵੇਲੇਬਲ ਨੇ ਤੇ ਕਦੋ ਕਦੋ ਇਹਨਾਂ ਦਾ ਐਡਮਿਸ਼ਨ ਸ਼ੁਰੂ ਹੋਣਾ ਹੈ ਤੁਸੀਂ ਕਿਸੇ ਵੀ ਕੋਰਸ ਬਾਰੇ ਐਡਮਿਸ਼ਨ ਪ੍ਰੋਸੈਸ ਬਾਰੇ ਡਿਟੇਲਡ ਜਾਣਕਾਰੀ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਮੈਂਸ਼ਨ ਕਰਨਾ ਨਾ ਭੁੱਲੋ ਅਤੇ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਕੈਂਡੀਡੇਟਸ ਨਾਲ ਸ਼ੇਅਰ ਕਰੋ ਤਾਂ ਕਿ ਹਰ ਕੋਈ ਆਪਣੀ ਕਨਫਿਊਜ਼ਨ ਨੂੰ ਦੂਰ ਕਰਕੇ ਆਪਣਾ ਇੱਕ ਕੈਰੀਅਰ ਬਣਾ ਸਕੇ ਸੋ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਚੰਗਾ ਲੱਗੇਗਾ ਥੈਂਕ ਯੂ ਥੈਂਕਸ ਫॉर ਵਾਚਿੰਗ